ਸਤਿ ਸ਼੍ਰੀ ਅਕਾਲ ਦੋਸਤੋ, ਜੈਪੁਰ ਦੇ ਜੰਤਰ ਮੰਤਰ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਯੰਤਰ ਹੈ ਤਾਂ ਉਹ ਹੈਗੀ ਹੈ ਇਹ ਵਾਲੀ ਧੁੱਪ ਘੜੀ। ਇਹਨੂੰ ਧੁੱਪ ਘੜੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਤੁਹਾਨੂੰ ਮੈਂ ਦੱਸਦਾ। ਇਹ ਯਾਨੀ ਕਿ ਜਿਹੜੀ ਆਹ ਵਿੱਚ ਲਾਈਨ ਲੱਗੀ ਹੈ ਨਾ ਸਾਰੀ, ਇਹਦੇ ਕਿਨਾਰੇ 'ਤੇ ਇੱਥੇ ਯਾਨੀ ਕਿ ਪੁਆਇੰਟ ਲਾਏ ਗਏ ਨੇ, ਯਾਨੀ ਕਿ ਇਹ ਹੈਗੀ ਹੈ ਉੱਤਰ ਤੋਂ ਦੱਖਣ ਵਾਲੇ ਪਾਸੇ, ਨੌਰਥ ਟੂ ਸਾਊਥ। ਜਿਹੜੀ ਨੀਚੇ ਅੱਧਕ ਜੀ ਬਣਾਈ ਹੈ ਨਾ ਇੱਦਾਂ, ਉੱਥੇ ਸਾਰੀ ਕਰਾਮਾਤ ਉੱਥੇ ਹੋਣੀ ਹੈ। ਉੱਥੇ ਜਾ ਕੇ ਦਿਖਾਉਂਦਾ ਤੁਹਾਨੂੰ ਮੈਂ। ਇਹ ਇੱਕ ਅੱਧਕ ਇਸ ਪਾਸੇ ਹੈ, ਇੱਕ ਅੱਧਕ ਇੱਦਾਂ ਦੀ ਪਰਲੇ ਪਾਸੇ ਹੈ। ਪਹਿਲਾਂ ਬਾਹਰੋਂ ਤੁਸੀਂ ਵੇਖ ਲਓ, ਫਿਰ ਨੀਚੇ ਜਾ ਕੇ ਮੈਂ ਦੱਸਦਾ ਵੀ 2 ਸਕਿੰਟ ਦਾ ਸਮਾਂ ਵੀ, ਮਤਲਬ ਕਿਸੇ ਵੀ ਸਮੇਂ ਨੂੰ 2 ਸਕਿੰਟ ਤੱਕ ਯਾਨੀ ਕਿ ਕਰੈਕਟ ਮੈਜ਼ਰ ਕਰਦੀ ਹੈ ਇਹ ਘੜੀ। ਧੁੱਪ ਘੜੀ ਕਿਵੇਂ ਕੰਮ ਕਰਦੀ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ। ਇੱਕ ਤੁਸੀਂ ਆਹ ਵੇਖ ਲਈ, ਇਸ ਵਾਲੀ ਅੱਧਕ ਦੀ ਗੱਲ ਕਰਦਾ ਸੀ ਮੈਂ, ਇਹਦੇ 'ਤੇ ਵੀ ਘੰਟੇ ਵੰਡੇ ਹੋਏ ਨੇ, ਅਤੇ ਇੱਕ ਆਹ ਵਾਲੀ ਅੱਧਕ ਹੈ ਇਹ, ਔਰ ਇਹਦੀ ਮੈਂ ਗੱਲ ਕਰਦਾ ਸੀ, ਇਹ ਉੱਪਰ ਤੱਕ ਗਈ ਹੈ ਨਾ, ਇਹਦੇ 'ਤੇ ਪ੍ਰੋਪਰ ਨਿਸ਼ਾਨ ਲੱਗੇ ਹੋਏ ਨੇ ਐਂਡ ਤੱਕ। ਇਹ ਹੋ ਗਿਆ, ਇੱਦਾਂ ਘੜੀ ਬਣੀ ਹੈ। ਇਹ ਹੈਗੀ ਨੌਰਥ ਟੂ ਸਾਊਥ ਵਾਲੇ ਪਾਸੇ, ਇਹ ਹੈਗਾ ਫਿਰ ਆਪਣਾ ਈਸਟ ਟੂ ਵੈਸਟ ਵਾਲੇ। ਹੁਣ ਨੀਚੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਕਿ ਸੂਰਜ ਇੱਧਰੋਂ ਚੜ੍ਹਦਾ ਜਿਹੜਾ, ਅਤੇ ਦੋਸਤੋ ਇਹ ਵਾਲਾ ਪਾਸਾ ਜਿੱਥੇ ਆਪਾਂ ਹੁਣ ਜਾ ਰਹੇ ਹਾਂ, ਇਹ ਹੈਗਾ ਯਾਨੀ ਕਿ ਪੀ ਐੱਮ ਵਾਲਾ ਪਾਸਾ, ਪੀ ਐੱਮ ਦੁਪਹਿਰ ਤੋਂ ਬਾਅਦ ਵਾਲਾ ਸਮਾਂ। ਇਸ ਤੋਂ ਬਾਅਦ ਇਹ ਦੇਖੋ ਜਿਹੜੀ ਇਹ ਅੱਧਕ ਸੀ ਨਾ, ਹੁਣ ਇੱਥੇ ਸਾਰੀ ਛਾਂ ਆਈ ਹੋਈ ਹੈ, ਛਾਂ ਆਈ ਹੈ ਨਾ। ਇਹ ਜਿਹੜਾ ਇੱਕ ਇੱਕ ਹਿੱਸਾ ਨਾ ਦੋਸਤੋ, ਇੱਕ ਇੱਕ ਟੱਕ ਹੈ ਜਿਹੜਾ, ਇਹ ਯਾਨੀ ਕਿ ਘੰਟਿਆਂ 'ਚ ਵੰਡਿਆ ਹੋਇਆ। 1 ਘੰਟਾ 2 3 4 5 6 7 ਇੱਦਾਂ ਉੱਪਰ ਜਾਂਦੇ, ਔਰ ਹਰੇਕ ਅੱਗੇ ਫਿਰ ਹਰੇਕ ਘੰਟਾ 15 ਮਿੰਟਾਂ 'ਚ, ਅਤੇ ਫਿਰ ਅੱਗੋਂ 6 ਮਿੰਟ 'ਚ। 1 ਮਿੰਟ ਨੂੰ ਵੀ ਅੱਗੇ ਤੁਸੀਂ ਵੇਖੋਗੇ ਨਾ, ਬਿਲਕੁਲ ਬਾਰੀਕ ਜੀ ਜਿਹੜੀ ਇਹ ਨਿਸ਼ਾਨ ਦਿਖਾਈ ਦੇ ਰਹੇ ਨੇ ਨਾ, ਇਹ 2-2 ਸੈਕਿੰਡ ਦੇ ਆ। ਹੁਣ ਜਿਹੜੀ ਇਹ ਵਾਲੀ ਸ਼ੈਡੋ ਆ ਰਹੀ ਹੈ ਨਾ ਇੱਥੇ ਸੂਰਜ ਦੀ, ਇੱਧਰ ਧੁੱਪ ਹੈ ਇੱਧਰ ਛਾਂ ਆ, ਤਾਂ ਇਹ ਉੱਪਰੋਂ ਉਸ ਕਿਨਾਰੇ ਨੂੰ ਟਕਰਾ ਕੇ ਆ ਰਹੀ ਹੈ। ਸੂਰਜ ਉੱਪਰ ਹੈ, ਕਿਨਾਰੇ ਨੂੰ ਟਕਰਾ ਕੇ ਇਹ ਸ਼ੈਡੋ ਹੈ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਹੁਣ ਤੁਹਾਡੀ ਘੜੀ 'ਤੇ ਟਾਈਮ ਹੈ ਉਹਦੇ ਅਕੋਰਡਿੰਗ ਇਹ ਟਾਈਮ ਇੱਥੇ ਹੈਗਾ। ਇਹ ਇੱਧਰ ਜਿਹੜਾ ਟਾਈਮ ਹੈ ਦੋਸਤੋ, ਇਹ ਹੈਗਾ ਸਵੇਰੇ, ਉੱਥੇ ਸੂਰਜ ਚੜ੍ਹਨਾ ਇੱਦਾਂ, ਉਹਦੇ ਚੜ੍ਹਨ ਦੇ ਨਾਲ ਹੀ ਇਹ ਘੰਟੇ ਘੰਟੇ ਬਣ ਬਣ ਕੇ ਇੱਥੇ ਤੱਕ ਯਾਨੀ ਕਿ AM ਵਾਲਾ ਸਮਾਂ ਇੱਥੇ 12 ਘੰਟੇ ਖਤਮ ਹੋ ਜਾਣੇ। ਇਹ ਵੱਡੀ ਘੜੀ ਹੈ।